ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਰੋ, ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਮੋਦੀ ਸਰਕਾਰ ਨੂੰ ਹੋਂਦ ਵਿੱਚ ਆਇਆ ਅਜੇ ਲਗਭਗ 4 ਮਹੀਨੇ ਹੋਏ ਹਨ। ਪਹਿਲਾਂ ਹੈਦਰਾਬਾਦ ਅਤੇ ਫਿਰ ਸਹਾਰਨਪੁਰ ਦੇ ਵਿੱਚ ਆਰਐਸਐਸ ਦੇ ਸਿੱਖ ਮੁਸਲਿਮ ਦੰਗੇ ਕਰਵਾਏ ਅਤੇ ਹੁਣ ਆਰਐਸਐਸ ਦੇ ਹੈੱਡਕੁਆਰਟਰ ਨਾਗਪੁਰ ਵਿੱਚ ਸਿੱਖਾਂ ਅਤੇ ਬੋਧੀਆਂ ਵਿਚਕਾਰ ਟਕਰਾਅ ਦੇਖਣ ਵਿੱਚ ਆਇਆ। ਭਾਵੇਂ ਕਿ ਦੋਨਾਂ ਕੌਮਾਂ ਦੇ ਲੀਡਰਾਂ ਦੀ ਸਿਆਣਪ ਅਤੇ ਐਡਮਿਨਿਸਟ੍ਰੇਸ਼ਨ ਦੀ ਫੁਰਤੀ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ, ਪਰ ਅਜੇ ਵੀ ਤਣਾਅ ਦਾ ਮਾਹੌਲ ਹੈ। ਇੱਕ ਪਾਸੇ ਜਿੱਥੇ ਨਾਗਪੁਰ ਤੋਂ ਦੁਸਹਿਰੇ ਵਾਲੇ ਦਿਨ ਭਾਰਤੀ ਦੂਰਦਰਸ਼ਨ ਵੱਲੋਂ ਆਰਐਸਐਸ ਮੁਖੀ ਮੋਹਨ ਭਾਗਵਤ ਦਾ 70 ਮਿੰਟ ਦਾ ਲੈਕਚਰ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਸੀ, ਅਤੇ ਦੂਸਰੇ ਪਾਸੇ ਹਿੰਦੂਤਵੀ ਏਜੰਸੀਆਂ ਨੇ ਸਿੱਖਾਂ ਅਤੇ ਬੋਧੀਆਂ ਦਾ ਫਸਾਦ ਕਰਵਾਉਣ ਦੀ ਸਾਜ਼ਿਸ਼ ਰਚੀ ਹੋਈ ਸੀ। ਵਿਊਅਰਸ, ਏਜੰਸੀਆਂ ਐਸਾ ਕਿਉਂ ਕਰ ਰਹੀਆਂ ਹਨ ਅਤੇ ਉਹਨਾਂ ਦਾ ਭਾਰਤ ਦੇ ਵਿੱਚ ਘੱਟ ਗਿਣਤੀਆਂ ਨੂੰ ਲੜਾਉਣ ਅਤੇ ਸਬਕ ਸਿਖਾਉਣ ਪਿੱਛੇ ਕੀ ਮੰਤਵ ਹੈ, ਇਸ ਸੰਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ, ਅ ਮੀਡੀਆ ਪ੍ਰਸੈਂਟੀ ਫਰੋਮ ਟੋਰਾਂਟੋ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ, ਔਰ ਜਿੰਨੇ ਵੀ ਲਿਸਨਰ ਨੇ ਜਾਂ ਜਿੰਨੇ ਵੀ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅਸੀਂ ਪਿਛਲੇ ਦੋ ਤਿੰਨ ਦਿਨ ਤੋਂ ਜਿਹੜੀ ਨਾਗਪੁਰ ਦੇ ਵਿੱਚ ਘਟਨਾ ਵਾਪਰੀ ਹੈ, ਇਸ 'ਤੇ ਅਸੀਂ ਫੋਕਸ ਕੀਤਾ ਹੋਇਆ ਹੈ। ਜਿਹੜੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਬੋਧੀਆਂ ਅਤੇ ਜਿਹੜੇ ਸਿੱਖਾਂ ਦੇ ਵਿੱਚ ਟਕਰਾਅ ਹੋਣ ਵਾਲਾ ਸੀ, ਪਰ ਇੱਕਦਮ ਇਸ 'ਤੇ ਕੰਟਰੋਲ ਪਾ ਲਿੱਤਾ ਗਿਆ ਹੈ, ਤੁਹਾਡੇ ਖਿਆਲ ਦੇ ਨਾਲ ਜਿਹੜੀਆਂ ਏਜੰਸੀਆਂ ਨੇ ਇਸ ਤੋਂ ਕੀ ਹਾਸਿਲ ਕਰਨਾ ਚਾਹੁੰਦੀਆਂ ਨੇ, ਇਸ ਬਾਰੇ ਰੋਸ਼ਨੀ ਪਾਓ। ਜੀ, ਪਹਿਲਾਂ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ, ਜਿਵੇਂ ਤੁਸੀਂ ਆਪਣੇ ਜਿਹੜਾ ਪ੍ਰੀਲੂਡ ਦੇ ਵਿੱਚ ਵੀ ਇਹ ਗੱਲ ਕੀਤੀ ਹੈ ਕਿ ਅਜੇ ਮੋਦੀ ਸਰਕਾਰ ਨੂੰ ਆਇਆ ਜਿਹੜਾ ਹੈਗਾ 4-5 ਮਹੀਨੇ ਹੋਏ ਆ ਮਈ ਤੋਂ ਜੇ ਅੱਜ ਤੱਕ ਕਰਦੇ ਹਾਂ, ਤੇ ਉਹਦੇ ਵਿੱਚ 400-500 ਦੰਗੇ ਜਿਹੜੇ ਹੈਗੇ ਨੇ ਆਲਰੇਡੀ ਹੋ ਚੁੱਕੇ ਨੇ, ਜਿਹੜੀਆਂ ਵੱਖਰੀਆਂ ਵੱਖਰੀਆਂ ਧਾਰਮਿਕ ਘੱਟ ਗਿਣਤੀਆਂ ਨੇ ਜਾਂ ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਵੱਡੀ ਗਿਣਤੀ ਦੇ ਨਾਲ ਹਿੰਦੂਆਂ ਦੇ ਨਾਲ ਜਿਹੜੇ ਹੈਗੇ ਆ ਉਹ ਵੀ ਘਟਨਾਵਾਂ ਜਿਹੜੀਆਂ ਉਹ ਵਾਪਰ ਚੁੱਕੀਆਂ ਨੇ। ਹਾਂਜੀ, ਹੁਣ ਇਸ ਚੀਜ਼ ਨੂੰ ਸਮਝਣ ਦੇ ਲਈ ਮੈਨੂੰ ਇਹ ਲੱਗਦਾ ਕਿ ਸਾਨੂੰ ਜਿਹੜਾ ਜਨਸੰਘ ਦਾ ਇੱਕ ਪ੍ਰੋਗਰਾਮ ਜਾਂ ਜਿਹੜੀ ਉਹਦੀ ਪਾਲਿਸੀ ਹੈਗੀ ਆ, ਜਨਸੰਘ ਜਿਹੜਾ ਕਿ ਇੱਕ ਬੀਜ ਆ ਇੱਕ ਬੀਜੇਪੀ ਵਰਗੇ ਦਰਖਤ ਨੂੰ ਜਨਮ ਦੇਣ ਵਾਲਾ। ਜਦੋਂ ਅਸੀਂ ਦੀ ਗੱਲ ਕਰਦੇ ਹਾਂ, ਜਦੋਂ ਡਾਕਟਰ ਮੁਖਰਜੀ ਹੁਣਾਂ ਨੇ ਪੀਪਲਸ ਪਾਰਟੀ ਜਿਹੜੀ ਹੈਗੀ ਆ 5 ਮਈ ਸ਼ਾਇਦ 5 ਮਈ 1951, ਮੈਂ ਗਲਤ ਹੋ ਸਕਦਾ ਇੱਥੇ ਡੇਟ ਦੇ ਉੱਤੇ, ਪਰ 1951 ਦੇ ਵਿੱਚ ਜਦੋਂ ਇਹ ਪਾਰਟੀ ਬਣਾਈ ਸੀ ਤੇ ਉਹਦੇ 7-8 ਜਿਹੜੇ ਮੈਨੀਫੈਸਟੋ ਦੇ ਵਿੱਚ ਜਿਹੜੇ ਉਹਨਾਂ ਦੀਆਂ ਧਾਰਾਵਾਂ ਸੀਗੀਆਂ, 7-8 ਉਹਨਾਂ ਦੇ ਕੰਮ ਕਰਨ ਦੇ ਜਿਹੜੇ ਏਜੰਡੇ ਸਨ। ਹਾਂਜੀ, ਹੁਣ ਉਹਨਾਂ ਦੇ ਵਿੱਚ ਮੈਂ ਸਾਰੇ ਤੇ 8 ਦੇ 8 ਤੇ ਤਾਂ ਨਹੀਂ ਕੰਸਟਰੇਟ ਕਰਾਂਗਾ, ਪਰ ਕੁਛ ਇੱਕ ਜਿਹੜੀਆਂ ਚੀਜ਼ਾਂ ਨੇ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ ਕਿ ਪਹਿਲਾਂ ਸਭ ਤੋਂ ਜਿਹੜਾ ਉਹਨਾਂ ਦਾ ਇੱਕ ਪ੍ਰਾਇਓਰਟੀ ਸੀਗੀ, ਉਹ ਸਭ ਤੋਂ ਪਹਿਲਾਂ ਇੱਕ ਜਿਹੜੀ ਧਾਰਾ ਸੀ ਉਹ ਸੀਗੀ ਕਿ ਯੂਨਾਈਟਿਡ ਇੰਡੀਆ ਜਿਹੜਾ ਉਹ ਬਣਾਉਣਾ, ਜਾਣੀ ਕਿ ਜਿਹੜਾ ਪਾਰਟੀਸ਼ਨ ਹੋਈ ਆ ਉਹਦਾ ਰਿਵਰਸਲ। ਹਾਂਜੀ, ਵੀ ਪਾਕਿਸਤਾਨ ਨੂੰ, ਬੰਗਾਲ ਨੂੰ, ਬੰਗਲਾਦੇਸ਼ ਨੂੰ, ਉਦੋਂ ਕਿਉਂਕਿ ਬੰਗਲਾਦੇਸ਼ ਤਾਂ ਨਹੀਂ ਸੀ ਬਣਿਆ ਜੀ, ਪਰ ਪਾਕਿਸਤਾਨ ਤੇ ਜਿਹੜਾ ਅੱਜ ਦਾ ਬੰਗਲਾਦੇਸ਼ ਹੈ ਉਹਨੂੰ ਵੀ ਅਸਿਮੂਲੇਟ ਕਰਨਾ ਹੈਗਾ ਭਾਰਤ ਦੇ ਵਿੱਚ। ਹਾਂਜੀ, ਔਰ ਦੂਸਰੀ ਚੀਜ਼ ਉਹਨਾਂ ਨੇ ਇਹ ਕੀਤੀ ਸੀ ਕਿ ਜਿਹੜਾ ਅਪੀਸਮੈਂਟ ਨਹੀਂ ਕਰਨੀ ਉਹਨਾਂ ਨੂੰ ਪਰਤਿਆਉਣਾ ਨਹੀਂ, ਹੁਣ ਰੈਸੀਪ੍ਰੋਕੇਟਰੀ ਜਿਹੜੀ ਇੱਕ ਐਕਸ਼ਨ ਜਾਂ ਉਹ ਕਹਿਣਾ ਕਿ ਰਿਐਕਸ਼ਨਰੀ ਜਿਹੜਾ ਐਕਸ਼ਨ ਆ ਉਹਨਾਂ ਦੇ ਅਗੇਂਸਟ ਕਰਨਾ, ਕਿਹਨਾਂ ਦੇ ਅਗੇਂਸਟ, ਪਾਕਿਸਤਾਨ ਦੇ ਅਗੇਂਸਟ ਜੀ, ਔਰ ਉਹੀ ਜਿਹੜੀ ਪਾਲਿਸੀ ਅੱਜ ਰੈਜ਼ੋਨੇਟ ਹੋ ਰਹੀ ਆ। ਹਾਂਜੀ, ਜਿਹੜਾ ਇਹਨਾਂ ਦਾ ਯੋਗਾ ਗੁਰੂ ਹੈਗਾ ਰਾਮਾ, ਮੈਂ ਨਾਮ ਮੇਰੇ ਤੋਂ ਵਿਸਰ ਜਾਣਾ ਫੇਰ। ਹਾਂਜੀ, ਜੋ ਇਹਨਾਂ ਦਾ ਯੋਗਾ ਗੁਰੂ ਹੈਗਾ ਉਹਨੇ ਵੀ ਅੱਜ ਆਪਣੇ ਫੇਸਬੁੱਕ ਦੇ ਉੱਤੇ ਵੀ ਇਹ ਚੀਜ਼ ਪਾਈ ਹੈ ਕਿ ਗੋਲੀ ਦਾ ਜਵਾਬ ਅਸੀਂ ਤੋਪਾਂ ਦੇ ਨਾਲ ਦੇਵਾਂਗੇ, ਪਾਕਿਸਤਾਨ ਦੀ ਗੋਲੀ ਦਾ ਜਵਾਬ ਅਸੀਂ ਤੋਪਾਂ ਦੇ ਨਾਲ ਦੇਵਾਂਗੇ। ਚਲੋ ਜੀ, ਔਰ ਜਿਹੜੀ ਬੜੀ ਇੱਕ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਆ ਜੀ, ਉਹ ਉਹਨਾਂ ਨੇ ਇਹ ਦੱਸੀ ਆ ਕਿ ਕਾਮਨ ਕਲਚਰ, ਸਾਰੀ ਕੰਟਰੀ ਸਾਰੇ ਦੇਸ਼ ਦੇ ਵਿੱਚ ਇੱਕ ਕਲਚਰ, ਇੱਕ ਬੋਲੀ ਜਿਹੜੀ ਕਿ ਭਾਰਤੀ ਸੰਸਕ੍ਰਿਤੀ ਤੇ ਮਰਿਆਦਾ ਇੱਕ ਹੋਣੀ ਚਾਹੀਦੀ, ਔਰ ਉਸੇ ਚੀਜ਼ ਨੂੰ ਲੈ ਕੇ ਹਾਂਜੀ ਅੱਜ ਜਿਹੜਾ ਹੈਗਾ ਕੰਮ ਉਹ ਜਿਹੜੀ ਸੋਚ ਸੀ, ਉਹ ਜਿਹੜੀ ਆਈਡੀਓਲੋਜੀ ਸੀ ਉਹਦੀ ਅੱਜ ਇਹਨਾਂ ਚੀਜ਼ਾਂ ਦੇ ਵਿੱਚ ਮੈਨੀਫੈਸਟੇਸ਼ਨ ਹੋ ਰਹੀ ਆ, ਪ੍ਰਤੱਖ ਰੂਪ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਨੇ ਉਹ ਸਾਹਮਣੇ ਆ ਰਹੀਆਂ ਨੇ, ਚਾਹੇ ਉਹ ਵੱਖਰੀਆਂ ਵੱਖਰੀਆਂ ਜਿਹੜੀਆਂ ਧਾਰਮਿਕ ਗਿਣ ਜਿਹੜੇ ਭਾਈਚਾਰੇ ਨੇ ਉਹਨਾਂ ਦੇ ਵਿੱਚ ਲੜਾਈ ਕਰਵਾ ਕੇ, ਚਾਹੇ ਜਿਹੜਾ ਹੈਗਾ ਆ ਉਹ ਜਿਵੇਂ ਇਹਨਾਂ ਦੇ ਬਾਰ ਬਾਰ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਜਿਹੜੀ ਭਾਰਤ ਹੈ ਉਹ ਇੱਕ ਨੇਸ਼ਨ ਹੈ,
ਭਾਰਤ ਜਿਹੜਾ ਹੈਗਾ ਉਹ ਯੂਨਾਈਟਿਡ ਹੈ। ਜੀ ਭਾਰਤ ਦੇ ਵਿੱਚ ਜੇਕਰ ਕਿਸੇ ਨੇ ਸਰਵਾਈਵ ਕਰਨਾ ਹੈ ਤੇ ਉਹ ਸਿਰਫ ਇੱਕ ਫਾਰਮੈਂਟ ਦੇ ਥੱਲੇ ਆ ਕੇ ਸਰਵਾਈਵ, ਇੱਕ ਅੰਬਰੇਲਾ ਇੱਕ ਛਤਰੀ ਦੇ ਥੱਲੇ ਆ ਕੇ ਸਰਵਾਈਵ ਕਰ ਸਕਦਾ। ਔਰ ਉਸ ਛਤਰੀ ਦਾ ਨਾਮ ਜਿਹੜਾ ਹੈਗਾ ਇਹਨਾਂ ਨੇ ਦਿੱਤਾ ਹੈ ਹਿੰਦੂਤਵਾ, ਹਿੰਦੂ, ਹਿੰਦੀ ਤੇ ਹਿੰਦੁਸਤਾਨ। ਹਾਂਜੀ, ਹੁਣ ਉਹ ਸਾਰੀਆਂ ਜਿਹੜੀਆਂ ਪਾਲਿਸੀਆਂ ਜਿਹੜੀਆਂ ਕਿ ਭਾਵੇਂ 1947 ਦੇ ਵਿੱਚ ਬਣੀਆਂ ਸੀ, ਸਰਕਾਰਾਂ ਜਿਹੜੀਆਂ ਮਰਜ਼ੀ ਆਉਣ, ਕਾਂਗਰਸ ਆਵੇ, ਬੀਜੇਪੀ ਆਵੇ, ਜਨਤਾ ਪਾਰਟੀ ਆਵੇ, ਕੋਈ ਵੀ ਆਵੇ, ਪਰ ਉਹ ਜਿਹੜੀਆਂ ਪਾਲਿਸੀਆਂ ਨੇ ਬਾਅਦ ਦਸਤੂਰ ਉਸ ਦਿਨ ਤੋਂ ਲਾਗੂ ਹੋ ਚੁੱਕੀਆਂ ਨੇ 1947 ਤੋਂ, ਔਰ ਅੱਜ ਜਿਹੜੀਆਂ ਹੈਗੀਆਂ ਉਹ ਇੱਕ ਪ੍ਰਤੱਖ ਰੂਪ ਦੇ ਵਿੱਚ ਸਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ। ਸੋ ਮੈਨੂੰ ਲੱਗਦਾ ਕਿ ਏਜੰਸੀਆਂ ਜਿਹੜੀਆਂ ਉਹ ਕੋਈ ਹੋਰ ਨੀ, ਉਹ ਬਿਊਰੋਕ੍ਰੈਟਸ ਨੇ। ਉਹ ਕਿਹੜੇ ਬਿਊਰੋਕ੍ਰੈਟਸ ਨੇ? ਇਹ ਉਹ ਬਿਊਰੋਕ੍ਰੈਟਸ ਨੇ ਜਿਨ੍ਹਾਂ ਦੇ ਬਾਰੇ ਈਵਨ ਉਸੇ ਮੈਨੀਫੈਸਟੋ ਦੇ ਵਿੱਚ ਜਾਂ ਉਹਨਾਂ ਦੀਆਂ ਜਿਹੜੀਆਂ ਅੱਗੇ ਕੰਮ ਕਰਨ ਦੇ ਜਿਹੜੇ ਤਰੀਕੇ ਸਨ ਜਾਂ ਪਾਲਿਸੀਆਂ ਸਨ ਉਹਨਾਂ ਦੇ ਵਿੱਚ ਇਹ ਵੀ ਆਉਂਦਾ ਕਿ ਜਿਹੜੀ ਮਿਡਲ ਕਲਾਸ ਫੈਮਿਲੀ, ਕਿਉਂਕਿ ਅੱਜ ਸਭ ਤੋਂ ਜ਼ਿਆਦਾ ਵਰਸਟ ਹਿੱਟ ਹੋਈ ਆ, ਔਰ ਮਿਡਲ ਕਲਾਸ ਫੈਮਿਲੀ ਕਿਹੜੀ ਹੈ? ਮਿਡਲ ਕਲਾਸ ਜਿਹੜੀ ਇੱਕ ਇੱਕ ਸੈਗਮੈਂਟ ਹੈ ਭਾਰਤ ਦਾ, ਉਹ ਇਹ ਅਲੀਟ ਜਿਹੜੀਆਂ ਜਿਹੜਾ ਸੈਗਮੈਂਟ ਨੇ ਉਹ ਹੈਗਾ ਬ੍ਰਾਹਮਣ, ਹਿੰਦੂ ਬ੍ਰਾਹਮਣ। ਉਸ ਚੀਜ਼ ਦੀ ਪੈਰਵਾਈ ਦੇ ਲਈ, ਉਸ ਚੀਜ਼ ਨੂੰ ਇੱਕ ਸੇਫ ਸੈਂਚੁਰੀ ਦੇਣ ਦੇ ਲਈ, ਉਸ ਚੀਜ਼ ਨੂੰ ਡਿਫੈਂਡ ਕਰਨ ਦੇ ਲਈ ਸਾਰੀ ਦੀ ਸਾਰੀ ਜਿਹੜੀ ਬਿਊਰੋਕ੍ਰੇਸੀ, ਕਿਉਂਕਿ ਬਿਊਰੋਕ੍ਰੇਸੀ ਵੀ ਉਹਨਾਂ ਦੇ ਵਿੱਚੋਂ ਹੀ ਨਿਕਲੀ ਹੈ, ਮਿਡਲ ਕਲਾਸ ਫੈਮਿਲੀ ਦੇ ਵਿੱਚੋਂ ਹੀ ਨਿਕਲੀ, ਔਰ ਇਹੀ ਭਾਰਤੀ ਜਿਹੜੀ ਬੀਜੇਪੀ ਹੈਗੀ ਉਹਦਾ ਏਜੰਡਾ ਹੁਣ ਤੋਂ ਨੀ, ਪਹਿਲਾਂ ਤੋਂ ਸ਼ੁਰੂ ਤੋਂ ਰਿਹਾ, ਔਰ ਉਸੇ ਏਜੰਡੇ ਤਹਿਤ ਜਿਹੜਾ ਮੋਹਨ ਭਾਰਗਵ ਉਹਦਾ ਜਿਹੜਾ ਪੂਰੇ ਦਾ ਪੂਰਾ ਭਾਸ਼ਣ, 60-70 ਮਿੰਟ ਦਾ ਭਾਸ਼ਣ ਜਿਹੜਾ ਲਾਈਵ ਰਿਲੇ ਕਰਨਾ, ਔਰ ਉਸ ਤੋਂ ਪਹਿਲਾਂ ਵੀ ਜਿਹੜਾ ਮੋਦੀ ਦਾ ਜਿਹੜਾ ਭਾਸ਼ਣ ਹਰ ਇੱਕ ਸਕੂਲ ਦੇ ਵਿੱਚ ਜਦੋਂ ਟੀਚਰਸ ਡੇ, ਜਿਹਨੂੰ ਕਿ ਇਹ ਗੁਰੂ ਡੇ ਦੇ ਨਾਲ ਦੇ ਨਾਲ, ਗੁਰੂ ਦਿਵਸ ਦੇ ਨਾਲ ਨਾਲ ਮਨਾਉਣਾ ਚਾਹੁੰਦੇ ਨੇ, ਉਸ ਦਿਨ ਦੇ ਉੱਤੇ ਹਰੇਕ ਜੋ ਭਾਰਤ ਦੇ ਵਿੱਚ ਇਕੱਲੇ ਇਕੱਲੇ ਸਕੂਲ ਦੇ ਵਿੱਚ ਉਹਨਾਂ ਨੂੰ ਇਹ ਫੋਰਸ ਕੀਤਾ ਗਿਆ ਕਿ ਉਸ ਦਿਨ ਦੇ ਉੱਤੇ ਉਹ ਜਿਹੜੀ ਮੋਦੀ ਦਾ ਭਾਸ਼ਣ ਜਿਹੜਾ ਹੈਗਾ ਉਹ ਵੀ ਰਿਲੇ ਕੀਤਾ ਜਾਵੇ। ਮੈਨੂੰ ਲੱਗਦਾ ਕਿ ਇਹ ਸਾਰੀ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਸੇ ਕੜੀ ਦਾ ਇੱਕ ਹਿੱਸਾ ਹੈ ਜਿਹੜਾ ਅੱਜ ਅਸੀਂ ਉਸ ਆਈਡੀਓਲੋਜੀ ਦਾ ਅੱਜ ਅਸੀਂ ਦੇਖ ਰਹੇ ਹਾਂ। ਹਾਂਜੀ ਹਾਂਜੀ ਬਿਲਕੁਲ ਵੀਰ ਜੀ ਦਾ ਮੋਹਨ ਭਾਗਵਤ ਦਾ ਜਿਹੜਾ ਭਾਸ਼ਣ ਹੈ ਉਸ ਵਾਲੇ ਵੀ ਅਸੀਂ ਗੱਲਬਾਤ ਕਰਾਂਗੇ। ਪਰ ਲੈਟਸ ਫੋਕਸ ਔਨ ਦਿਸ ਨਾਗਪੁਰ ਘਟਨਾ। ਜਿਹੜੀ ਨਾਗਪੁਰ ਦੀ ਘਟਨਾ ਵਾਪਰੀ, ਉਸ ਤੋਂ ਪਹਿਲਾਂ ਜਿਸ ਤਰ੍ਹਾਂ ਆਹ ਜਦੋਂ ਇਹ ਹੋਣ ਦੇ ਵਿੱਚ ਆਈ ਹੈ, RSS ਜਾਂ ਫਿਰ ਮੋਦੀ ਸਰਕਾਰ ਹੋਣ ਦੇ ਵਿੱਚ ਆਈ 4 ਮਹੀਨੇ ਪਹਿਲਾਂ, ਐਸੇ ਮੁਸਲਮਾਨਾਂ ਅਤੇ ਸਿੱਖਾਂ ਦੇ ਜਿਸ ਤਰ੍ਹਾਂ ਦੰਗੇ ਹੋਏ ਸਹਾਰਨਪੁਰ ਦੇ ਵਿੱਚ, UP ਦੇ ਵਿੱਚ, ਇਹਨਾਂ ਜੋ ਚਾਹਿਆ ਸੀ ਉਹ ਕੀਤਾ। ਪਰ ਜਿਸ ਤਰ੍ਹਾਂ ਇਹ ਨਾਗਪੁਰ ਦੇ ਵਿੱਚ ਇੱਕ ਘਟਨਾ ਨੂੰ ਕੰਟਰੋਲ ਕਰ ਲਿੱਤਾ ਗਿਆ, ਡੋ ਯੂ ਥਿੰਕ ਇਟ ਜਸਟ ਅ ਸਮਾਲ ਟ੍ਰੇਲਰ ਸਾਨੂੰ ਸਬਕ ਸਿਖਾਉਣ ਲਈ ਕਿ ਇਹ ਹੋਰ ਵੀ ਕੁਛ ਇਖਤਿਆਰ ਕਰ ਸਕਦੀ ਹੈ ਇਹ ਚੀਜ਼, ਜਾਂ ਫਿਰ ਫਿਊਚਰ ਦੇ ਵਿੱਚ ਇਹ ਹੋਰ ਵੀ ਵਰਸ ਹੋ ਜਾਏਗਾ? ਐਂਡ ਹਾਊ ਕੁਡ ਵੀ ਕਮ ਅਬਾਰ ਇਟ? ਇਸ ਨੂੰ ਕਿਸ ਤਰ੍ਹਾਂ ਅਸੀਂ ਰੋਕ ਸਕਦੇ ਹਾਂ ਫਿਊਚਰ ਦੇ ਵਿੱਚ? ਬਿਲਕੁਲ, ਜਿਹੜਾ ਇੱਕ ਸ਼ਬਦੀ ਜਿਹੜਾ ਜਵਾਬ ਦਾ ਇਹ ਹੋਏਗਾ ਕਿ ਦੋਨੇ ਭਾਈਚਾਰਿਆਂ ਦੇ ਵੱਲੋਂ, ਕਿਉਂਕਿ ਬੋਧੀ ਵੀ ਕੌਣ ਨੇ? ਜੀ, ਇਹ ਵੀ ਉਹ ਲੋਕ ਨੇ ਜਿਹੜੇ ਲਤਾੜੇ ਜਾ ਚੁੱਕੇ ਨੇ, ਜਿਨ੍ਹਾਂ ਨੂੰ ਲਤਾੜੇ ਹੋਏ ਕਿਹਾ ਗਿਆ ਸੀ ਬੁੱਧ ਧਰਮ ਦੇ ਨਾਲ, ਔਰ ਬੁੱਧ ਧਰਮ ਇੱਕ ਉਸ ਵੈਸ਼ਨਵੀ ਜਾਂ ਜਿਹੜਾ ਸਨਾਤਨੀ ਜਾਂ ਜਿਹੜਾ ਹਿੰਦੂ ਧਰਮ ਦੇ ਬਿਲਕੁਲ ਇੱਕ ਰਿਬੈਲੀਅਸ ਰਿਬੈਲਨ ਉਹਦੇ ਵਿਦਰੋਹ ਦੇ ਵਿੱਚ ਉਹ ਅੱਗੇ ਆਇਆ ਸੀ, ਔਰ ਉਹਨਾਂ ਦੇ ਨਾਲ ਜਿਹੜੇ ਉਹ ਲੋਕ ਸਨ, ਉਹਨਾਂ ਦੀ ਜਿਹੜੀ ਬੇਸਿਕ ਆਈਡੀਓਲੋਜੀ ਇਹ ਅਸੀਂ ਕਹਿ ਦਈਏ ਕਿ ਜਿਵੇਂ ਸਿੱਖ ਧਰਮ ਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ, ਸਿੱਖ ਧਰਮ ਦੇ ਵਿੱਚ ਇਕੁਆਲਿਟੀ ਦੀ ਗੱਲ ਕੀਤੀ ਗਈ, ਸਿੱਖ ਧਰਮ ਦੇ ਵਿੱਚ ਜਿਹੜੇ ਦੱਬੇ ਕੁਚਲੇ ਹੋਏ ਲੋਕ ਸਨ ਉਹਨਾਂ ਦੀ ਗੱਲ ਕੀਤੀ ਗਈ, ਮੇਰਾ ਖਿਆਲ ਕਿ ਉਹ ਜਿਹੜੀ ਸੁਰ ਸਾਂਝੀ ਹੋਣ ਦੇ ਕਰਕੇ ਸ਼ਾਇਦ ਇਹਨਾਂ ਦੋਨਾਂ ਭਾਈਚਾਰਿਆਂ ਦੇ ਵੱਲੋਂ ਇੱਕ ਦੂਸਰੇ ਨੂੰ ਅੰਡਰਸਟੈਂਡ ਕੀਤਾ ਗਿਆ, ਜਿਹੜੀ ਕਿ ਬਹੁਤ ਮੁਬਾਰਕ ਇੱਕ ਚੀਜ਼ ਹੈ। ਪਰ ਫਿਰ ਵੀ ਜਿਹੜੇ ਹਾਲਾਤਾਂ ਦੇ ਵਿੱਚ ਅੱਜ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਜਾਂ ਇਹ ਜਿਹੜੇ ਦਲਿਤ ਨੇ ਜਾਂ ਬੋਧੀ ਨੇ ਜਾਂ ਜਿੰਨੀਆਂ ਵੀ ਜਿਹੜੀਆਂ ਮਾਇਨੋਰਟੀਜ਼ ਨੇ ਜਾਂ ਦੱਬੇ ਕੁਚਲੇ ਹੋਏ ਲੋਕ ਨੇ, ਉਹਨਾਂ ਨੂੰ ਆਪਸ ਦੇ ਵਿੱਚ ਲੜਾ ਕੇ, ਮੈਨੂੰ ਸਿਰਫ ਇਹ ਗੱਲ ਕਹਿਣ ਦੇ ਉੱਤੇ ਕੋਈ ਝਿਜਕ ਨਹੀਂ ਹੈ ਕਿ ਉਹ ਉਹਨਾਂ ਦੇ ਏਜੰਡੇ ਦੇ ਉੱਤੇ ਉਹ ਆਪਣੇ ਉੱਤੇ ਕੰਮ ਕਰ ਰਹੇ ਨੇ, ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਜੋ ਟਕਰਾਅ ਉਹਨੂੰ ਅੱਗੇ ਵਧਣ ਤੋਂ ਰੋਕਿਆ, ਉਹ ਵਾਕਈ ਜਿਹੜੀ ਬੜੀ ਸਿਆਣਪ ਦੀ ਗੱਲ ਹੈ। ਔਰ ਜਿਸ ਤਰੀਕੇ ਦੇ ਨਾਲ ਸਾਰੇ ਭਾਈਚਾਰਿਆਂ ਦੇ ਵੱਲੋਂ, ਚਾਹੇ ਉਹਨਾਂ ਦੇ ਵਿੱਚ ਮੁਸਲਮਾਨ ਸਨ, ਚਾਹੇ ਉਹਨਾਂ ਦੇ ਵਿੱਚ ਕ੍ਰਿਸਚਨ ਸਨ, ਚਾਹੇ ਬੋਧੀ ਸਨ, ਔਰ ਚਾਹੇ ਸਿੱਖ ਸਨ, ਉਹਨਾਂ ਨੇ ਇੱਕ ਬੜਾ ਵਧੀਆ ਇਹ ਰਾਹ ਚੁਣਿਆ ਕਿ ਉੱਥੇ ਇੱਕ ਇਕੱਠ ਦੇ ਵਿੱਚ ਆਪਣਾ ਮਾਰਚ ਕੀਤਾ, ਔਰ ਜਿਹੜੀ ਆਪਸ ਦੇ ਵਿੱਚ ਸਦਭਾਵਨਾ ਜਿਹੜੀ ਆ ਦਿਖਾਈ ਆ। ਔਰ ਜਿਵੇਂ ਤੁਸੀਂ ਕਿਹਾ, ਇਹ ਵਾਕਈ ਇੱਕ ਉਸ ਜਿਹੜਾ ਸੈਫਰਨ ਟੈਰਰ ਜਾਂ
ਜਿਹੜੀ ਹਿੰਦੂਤਵੀ ਜਿਹੜੀ ਉਹਨਾਂ ਦੀ ਸੋਚ ਜੋ ਇੱਕ ਆਈਡੀਓਲੋਜੀ ਹੈ ਸੋਚ ਹੈ ਉਹਦੇ ਉੱਤੇ ਵੀ ਇੱਕ 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 ਚਪੇੜ ਹੈ ਭਾਵੇਂ ਕਿ ਇੱਕ ਛੋਟੀ ਜਿਹੀ ਹੈ ਭਾਵੇਂ ਕਿ ਪੋਲੀ ਜਿਹੀ ਹੈ ਬਟ ਸਟਿਲ ਜੋ ਉਹ ਕਰਨਾ ਚਾਹੁੰਦੇ ਸੀ ਉਹ ਉਸ ਤਰੀਕੇ ਦੇ ਨਾਲ ਨਹੀਂ ਹੋ ਸਕਿਆ ਇਸ ਚੀਜ਼ ਦੇ ਲਈ ਸਾਰੇ ਭਾਈਚਾਰੇ ਜਿਹੜੇ ਨੇ ਉਹ ਮੁਬਾਰਕਬਾਦ ਦੇ ਹੱਕਦਾਰ ਨੇ ਬਿਲਕੁਲ ਬਿਲਕੁਲ ਵੀ ਜੀ ਸਾਡਾ ਮਕਸਦ ਵੀ ਇਹੀ ਹੈ ਤੁਹਾਡਾ ਮਕਸਦ ਵੀ ਇਹੀ ਸਾਡਾ ਸਾਰੇ ਦਰਸ਼ਕਾਂ ਦਾ ਮਕਸਦ ਇਹੀ ਹੈ ਕਿ ਜਿੰਨੀ ਵੀ ਅਸੀਂ ਅਵੇਅਰਨੈਸ ਲੈ ਕੇ ਆ ਸਕੀਏ ਆਪਣੀ ਸਿੱਖ ਕੌਮ ਦੇ ਵਿੱਚ ਜਾਂ ਬਾਕੀ ਮਾਇਨੋਰਟੀ ਭਾਈਚਾਰਾ ਚਾਹੇ ਉਹ ਮੁਸਲਿਮ ਹੋਣ ਬੋਧੀ ਹੋਣ ਜੈਨੀ ਹੋਣ ਚਾਹੇ ਕੋਈ ਵੀ ਹੋਣ ਜਿੰਨੀ ਵੀ ਅਸੀਂ ਅਵੇਅਰਨੈਸ ਲੈ ਕੇ ਆ ਸਕੀਏ ਉਹਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਫਿਰ ਇੰਡੀਆ ਦੇ ਵਿੱਚ ਇੰਡੀਅਨ ਸਰਕਾਰ ਦੇ ਇਹਨਾਂ ਦੇ ਪਿੱਛੇ ਐਂਡ ਬਿਹਾਈਂਡ ਵਟਸ ਅ ਪਲਾਨ ਬਿਹਾਈਂਡ ਇਟ ਹੋਲ ਐਂਡ ਦੈਨ ਵੀਰ ਜੀ ਜਿਸ ਤਰ੍ਹਾਂ ਯੂ ਨੋ ਲਾਈਕ ਕਾਫੀ ਲੋਕਾਂ 'ਚ ਅਵੇਅਰਨੈਸ ਆਲਰੇਡੀ ਆ ਚੁੱਕੇ ਜਿਸ ਤਰ੍ਹਾਂ ਅਸੀਂ ਜਾਣਦੇ ਕਿ ਅਮੈਰੀਕਾ ਦੇ ਵਿੱਚ ਜਦੋਂ ਮੋਦੀ ਆਇਆ ਸੀਗਾ 5 ਦਿਨਾਂ ਦੇ ਦੌਰੇ ਦੇ ਵਿੱਚ ਕਿਸ ਤਰ੍ਹਾਂ ਨਾਟ ਓਨਲੀ ਫੋਰ ਸਿੱਖਾਂ ਨੇ ਪ੍ਰੋਟੈਸਟ ਕੀਤਾ ਦਲਿਤ ਭਾਈਚਾਰੇ ਨੇ ਪ੍ਰੋਟੈਸਟ ਕੀਤਾ ਸੀ ਕਸ਼ਮੀਰੀਅਨ ਪ੍ਰੋਟੈਸਟ ਕੀਤਾ ਸੋ ਵੀ ਆਰ ਗੈਟਿੰਗ ਦੇਅਰ ਅਵੇਅਰਨੈਸ ਆ ਰਹੀ ਹੈ ਪਰ ਲੈਟਸ ਮੂਵ ਟੂ ਨੈਕਸਟ ਕੁਐਸਚਨ ਵੀ ਜਿਸ ਤਰ੍ਹਾਂ ਦੁਸਹਿਰੇ ਦੇ ਮੌਕੇ ਦੇ ਵਿੱਚ ਸੇਮ ਹੀ ਡੇ ਜਿਸ ਦਿਨ ਨਾਗਪੁਰ ਦੇ ਵਿੱਚ ਘਟਨਾ ਵਾਪਰੀ ਸੀ ਸੇਮ ਦਿਨ ਦੁਸਹਿਰੇ ਦੇ ਮੌਕੇ ਦੇ ਵਿੱਚ ਪੰਜਾਬ ਭਰ ਦੇ ਸ਼ਹਿਰਾਂ ਕਸਬਿਆਂ ਦੇ ਵਿੱਚ ਆਰਐਸਐਸ ਵਾਲੰਟੀਅਰਸ ਨੇ ਬੰਦੂਕਾਂ ਪਿਸਤੌਲਾਂ ਤਲਵਾਰਾਂ ਨਾਲ ਲੈਸ ਹੋ ਕੇ ਮਾਰਚ ਕੀਤੇ ਇਸ ਗੈਰ ਕਾਨੂੰਨੀ ਕਾਰਵਾਈ ਨੂੰ ਪੁਲਿਸ ਵੱਲੋਂ ਵੀ ਅਣਦੇਖਿਆ ਕੀਤਾ ਗਿਆ ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦਿਸ ਮੈਨੂੰ ਇਹ ਤਾਂ ਨਹੀਂ ਪਤਾ ਕਿ ਸਮਾਂ ਕਿੰਨਾ ਕੁ ਹੋਰ ਬਾਕੀ ਹੈ ਨੋ ਵੀ ਹੈਵ ਇਨਫ ਟਾਈਮ ਵੀਰ ਜੀ ਸੋ ਬਿਕਾਜ਼ ਵੀ ਆਰ ਗੋਇੰਗ ਟੂ ਫਾਲੋ ਅਪ ਵਿਦ ਯੂ ਆਲ ਦ ਕੁਐਸਚਨਸ ਓਕੇ ਪਹਿਲੀ ਗੱਲ ਤਾਂ ਮੇਰਾ ਸਟੈਂਸ ਇਸ ਗੱਲ ਦੇ ਉੱਤੇ ਇਹ ਹੈ ਕਿ ਕਿਸੇ ਵੀ ਡੈਮੋਕਰੇਸੀ ਦੇ ਵਿੱਚ ਹਰ ਇੱਕ ਬੰਦੇ ਨੂੰ ਇਹ ਹੱਕ ਹੈ ਕਿ ਉਹ ਆਪਣਾ ਕੋਈ ਵੀ ਜਿਹੜਾ ਪ੍ਰਦਰਸ਼ਨ ਹੈ ਕਿਸੇ ਵੀ ਤਰੀਕੇ ਦਾ ਉਹ ਕਰ ਸਕਦਾ ਜੀ ਔਰ ਆਰਮਸ ਦੇ ਨਾਲ ਕਰਨਾ ਕੋਈ ਗੁਨਾਹ ਨਹੀਂ ਹੈ ਵੀ ਕਿਸੇ ਨੇ ਕਿਸੇ ਕੋਲ ਲਾਠੀ ਹੈ ਕਿਸੇ ਕੋਲ ਤੀਰ ਹੈ ਕਿਸੇ ਕੋਲ ਪਿਸਤੌਲ ਹੈ ਰਿਵਾਲਵਰ ਹੈ ਜਿਸ ਤਰੀਕੇ ਦੇ ਨਾਲ ਉਹ ਮਰਜ਼ੀ ਜਿਹੜਾ ਹੈਗਾ ਉਹ ਆਪਣਾ ਪ੍ਰਦਰਸ਼ਨ ਕਰ ਸਕਦਾ ਔਰ ਇੱਕ ਹੋਰ ਗੱਲ ਜੇ ਮੈਂ ਇਹ ਨਾਲ ਜੋੜਾਂ ਕਿ ਜਿਸ ਤਰੀਕੇ ਦੇ ਨਾਲ ਇੱਕ ਹਊਆ ਕ੍ਰੀਏਟ ਕੀਤਾ ਗਿਆ ਕਿ ਹਥਿਆਰ 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 ਬਾਰ ਬਾਰ ਇਹ ਗੱਲ ਕੀਤੀ ਜਾਂਦੀ ਕਿ ਇੱਕ ਹਊਆ ਉਹਦਾ ਬਣਾਇਆ ਜਾਵੇ ਪਰ ਆਪਣੇ ਜੋ ਸਰੋਤੇ ਨੇ ਜਾਂ ਦਰਸ਼ਕ ਨੇ ਉਹਨਾਂ ਨਾਲ ਇਹ ਵੀ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਜਦੋਂ ਰੱਬ ਨੇ ਬੰਦੇ ਨੂੰ ਹੱਥ ਦਿੱਤੇ ਨੇ ਉਸੇ ਸਮੇਂ ਤੋਂ ਜੋ ਬੰਦੇ ਦੇ ਹੱਥ ਦੇ ਵਿੱਚ ਹਥਿਆਰ ਆਏ ਨੇ ਚਾਹੇ ਉਹ ਪੱਥਰ ਦੇ ਰੂਪ ਦੇ ਵਿੱਚ ਆਏ ਸਨ ਸਭ ਤੋਂ ਪਹਿਲਾਂ ਜੀ ਇੱਕ ਪ੍ਰਿੰਟ ਜਿਹੜਾ ਪ੍ਰਿੰਟ ਮਾਨਵ ਸੀਗਾ ਉਹਦੇ ਹੱਥ ਦੇ ਵਿੱਚ ਸਿਰਫ ਪੱਥਰ ਸੀਗੇ ਫਿਰ ਉਹ ਪੱਥਰ ਘੜੇ ਗਏ ਫਿਰ ਉਹਨਾਂ ਦੇ ਤੀਰ ਕਮਾਨ ਬਣਾਏ ਗਏ ਬਰਛੇ ਤਲਵਾਰਾਂ ਉਹ ਤੋਂ ਬਾਅਦ ਅੱਗੇ ਇਸ ਤਰੀਕੇ ਨਾਲ ਚੱਲਦਾ ਰਿਹਾ ਕਹਿਣ ਦਾ ਮਤਲਬ ਇਹ ਹੈ ਕਿ ਹਥਿਆਰ ਨੂੰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਅੱਤਵਾਦ ਦੇ ਨਾਲ ਨਹੀਂ ਜੋੜ ਸਕਦੇ ਹਥਿਆਰ ਬਿਲਕੁਲ ਆਪਣੀ ਜਦੋਂ ਡਿਫੈਂਸ ਦੇ ਵਿੱਚ ਅਸੀਂ ਵਰਤਦੇ ਹਾਂ ਤੇ ਉਹ ਅਮਨ ਕ੍ਰੀਏਟ ਕਰਦਾ ਉੱਥੇ ਸ਼ਾਂਤੀ ਜਿਹੜਾ ਹੈਗਾ ਉਹ ਪੈਦਾ ਕਰਦਾ ਪਰ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਜਿਹੜੇ ਜੋ ਬੀਜੇਪੀ ਜਾਂ ਜਨਸੰਘ ਦੇ ਜਿਹੜੇ ਇਹ ਨੁਮਾਇੰਦੇ ਨੇ ਉਹਨਾਂ ਨੂੰ ਹਥਿਆਰ ਚੱਕਣ ਦੀ ਕੀ ਉਹਨਾਂ ਨੇ ਕੋਈ ਪੀਸ ਪ੍ਰੋਸੈਸ਼ਨ ਕੀਤਾ ਇਹ ਕੋਈ ਕਿਸੇ ਸ਼ਾਂਤੀ ਨੂੰ ਲਿਆਉਣ ਦੇ ਲਈ ਉਹਨਾਂ ਨੇ ਇਹ ਦਿਖਾਵਾ ਕੀਤਾ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਇੱਕ ਵੱਡੀ ਗਿਣਤੀ ਦੇ ਲੋਕ ਹਾਂਜੀ ਕਿ ਅੱਜ ਇਹ ਸਿਰਫ ਇਹ ਮੰਨ ਰਹੇ ਨੇ ਕਿ ਉਹ ਉੱਥੇ ਸੇਫ ਨੇ ਜਦਕਿ ਉਹਨਾਂ ਦੇ ਕੋਲ 2 ਮਿਲੀਅਨ ਤੋਂ ਉੱਪਰ ਫੌਜਾਂ ਨੇ ਜਦਕਿ ਉਹਨਾਂ ਦੇ ਕੋਲ ਰਾਜ ਅੱਜ ਉਹਨਾਂ ਦਾ ਆਪਣਾ ਹੈ ਉਹਨਾਂ ਦਾ ਪੁਲਿਸ ਆਪਣੀ ਹੈ ਉਹਨਾਂ ਦੇ ਕਾਨੂੰਨ ਆਪਣੇ ਨੇ ਕਿਤੇ ਉਹਨਾਂ ਦੇ ਨਾਲ ਇਹੋ ਜਿਹੇ ਧੱਕੇ ਨਹੀਂ ਹੋਏ ਹਾਂਜੀ ਸਵਾਲ ਸਿਰਫ ਇਹ ਪੈਦਾ ਹੁੰਦਾ ਹੈ ਕਿ ਉਹਨਾਂ ਲੋਕਾਂ ਨੂੰ ਇਹ ਪ੍ਰਦਰਸ਼ਨ ਸਿਰਫ ਸ਼ਾਂਤੀ ਦੇ ਲਈ ਕਰਨਾ ਸੀ ਜਾਂ ਇੱਕ ਡਰ ਪੈਦਾ ਕਰਨ ਦੇ ਲਈ ਕਰਨਾ ਸੀ ਜਿਵੇਂ ਮੈਂ ਪਹਿਲਾਂ ਇਹ ਗੱਲ ਕੀਤੀ ਹੈ ਕਿ ਜੋ ਉਹਨਾਂ ਦੇ ਮੈਨੀਫੈਸਟੋ ਦੇ ਵਿੱਚ ਗੱਲਾਂ ਕਹੀਆਂ ਗਈਆਂ ਨੇ ਕਿ ਇੱਕ ਰਾਸ਼ਟਰ ਇੱਕ ਮਰਿਆਦਾ ਇੱਕ ਸੰਸਕ੍ਰਿਤੀ ਹਾਂਜੀ ਉਸ ਚੀਜ਼ ਨੂੰ ਲਿਆਉਣ ਦੇ ਲਈ ਇੱਕ ਜਿਹੜੀਆਂ ਦੂਸਰੀਆਂ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਡਰਾਉਣ ਦਾ ਇਹ ਯਤਨ ਕੀਤਾ ਗਿਆ ਇਹ ਚੀਜ਼ ਜਿਹੜੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਬਿਲਕੁਲ ਮੈਂ ਫੇਰ ਕਹਿੰਦਾ ਕਿ ਹਥਿਆਰਾਂ ਦਾ ਪ੍ਰਦਰਸ਼ਨ ਕਰਨਾ ਇਹ ਕੋਈ ਗੁਨਾਹ ਨਹੀਂ ਹੈ ਫੌਜਾਂ ਦੇ ਵਿੱਚ 15 ਅਗਸਤ ਨੂੰ 26 ਜਨਵਰੀ ਨੂੰ ਜਾਂ ਜਿੰਨੇ ਵੱਖਰੇ ਵੱਖਰੇ ਦੂਸਰੇ ਮੁਲਕ ਨੇ ਜਿਹੜੇ ਆਜ਼ਾਦ ਨੇ ਉਹ ਆਪਣੇ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਨੇ ਹਾਂਜੀ ਆਪਣੀ ਪ੍ਰਭੂਸੱਤਾ ਬਚਾਉਣ ਦੇ ਲਈ ਉਹ ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਹਥਿਆਰਾਂ ਦਾ ਪ੍ਰਦਰਸ਼ਨ ਕਰਦੇ ਨੇ ਇੱਕ ਸਵਾਲ ਇਹ ਵੀ ਆਉਂਦਾ ਜੀ ਕਿ ਇਹ ਜੋ ਉਹਨਾਂ ਨੇ ਪ੍ਰਦਰਸ਼ਨ ਕੀਤੇ 3-4 ਪ੍ਰਦਰਸ਼ਨ ਕੀਤੇ ਗਏ ਪੰਜਾਬ ਦੇ ਵਿੱਚ ਹਾਂਜੀ ਹੁਣ ਜੇ ਇਹੀ ਪ੍ਰਦਰਸ਼ਨ ਕੋਈ ਦੂਸਰੀ ਕੌਮ ਨੇ ਕੀਤੇ ਹੁੰਦੇ ਤੇ ਕੀ ਉਹ ਪ੍ਰਦਰਸ਼ਨ ਕਰਨ ਦਿੱਤੇ ਜਾਂਦੇ ਜਦਕਿ ਜਦੋਂ ਇਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਇਹ ਗੱਲ ਕੀਤੀ ਗਈ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਸਾਨੂੰ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਹੁਣ ਸਵਾਲ ਇਹੀ ਪੈਦਾ ਹੁੰਦਾ ਕਿ ਕੀ ਜੇਕਰ ਇਹ ਪ੍ਰਦਰਸ਼ਨ ਸਿੱਖਾਂ ਨੇ ਕੀਤੇ ਹੁੰਦੇ ਹਾਂਜੀ ਤੇ ਕੀ
ਉਹ ਜਿਹੜੇ ਵਾਜਬ ਹੁੰਦੇ ਉਸ ਸਮੇਂ ਦੇ ਉੱਤੇ ਔਰ ਕੀ ਅੱਜ ਕਿਸੇ ਵੀ ਮੀਡੀਆ ਦੇ ਵਿੱਚ ਪੂਰੇ ਖੁੱਲੇ ਰੂਪ ਦੇ ਵਿੱਚ ਇਹ ਗੱਲ ਅੱਗੇ ਨਹੀਂ ਆਈ ਨਾ ਨਿੰਦਿਆ ਕੀਤੀ ਗਈ ਇਸ ਚੀਜ਼ ਦੀ ਕਿ ਜਿਹੜਾ ਸਾਰੇ ਦਾ ਸਾਰਾ ਭਾਰਤ ਦਾ ਮੀਡੀਆ ਜੇਕਰ ਉਹ ਕੋਈ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਜਾਂ ਦੂਸਰੇ ਹੋਰ ਜਿਹੜੇ ਤਬਕੇ ਦੇ ਲੋਕ ਨੇ ਧਰਮਾਂ ਦੇ ਲੋਕ ਨੇ ਕਿ ਜੇਕਰ ਉਹ ਇਸੇ ਤਰ੍ਹਾਂ ਦਾ ਕੋਈ ਵੀ ਪ੍ਰਦਰਸ਼ਨ ਕਰਦੇ ਕਿ ਉਹ ਉਹਨਾਂ ਨੂੰ ਕਰਨ ਦਿੱਤਾ ਜਾਂਦਾ। ਸੋ ਹੁਣ ਕਹਿਣ ਦਾ ਮਤਲਬ ਇਹ ਇੱਕ ਪੰਜਾਬੀ ਦੇ ਵਿੱਚ ਇੱਕ ਕਹਾਵਤ ਆਉਂਦੀ ਹੈ ਕਿ ਸਾਡਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਭੇਡੂ। ਹੁਣ ਕੀ ਜੇਕਰ ਅਸੀਂ ਕਰਦੇ ਹਾਂ ਤੇ ਉਹ ਸਾਰੀ ਲੀਲਾ ਕਿਉਂ ਹੁੰਦੀ ਹੈ ਤੇ ਜੇਕਰ ਕੋਈ ਹੋਰ ਕਰਦਾ ਤੇ ਉਹ ਗੁਨਾਹ ਕਿਉਂ ਹੁੰਦਾ, ਇਹ ਜਿਹੜਾ ਬਹੁਤ ਵੱਡਾ ਇੱਕ ਸਵਾਲ ਹੈ। ਪਰ ਜਿਵੇਂ ਜਿਸ ਤਰੀਕੇ ਦੇ ਨਾਲ ਭਾਵੇਂ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਨੂੰ ਬਹੁਤ ਇੱਕ ਸ਼ਿੱਦਤ ਦੇ ਨਾਲ ਉਭਾਰਿਆ ਵੀ ਗਿਆ, ਪਰ ਜੋ ਇਹਨਾਂ ਦਾ ਜਿਹੜੇ ਮੀਡੀਆਜ਼ ਨੇ ਉਹ ਚੁੱਪ ਨੇ, ਚਾਹੇ ਉਹ ਇਹਨਾਂ ਦਾ ਸੋਸ਼ਲ ਮੀਡੀਆ ਜੀ, ਚਾਹੇ ਇਹਨਾਂ ਦਾ ਇਲੈਕਟ੍ਰੋਨਿਕ ਜਾਂ ਇਹਨਾਂ ਦਾ ਪ੍ਰਿੰਟ ਮੀਡੀਆ, ਉਹਨਾਂ ਨੇ ਇਹਦੇ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ। ਪਰ ਨਾਲ ਦੀ ਨਾਲ ਜਦੋਂ ਅਸੀਂ ਉਸ ਲੋਕੈਲਿਟੀ ਦੀ ਗੱਲ ਉਹ ਕਰਦੇ ਹਾਂ, ਉਹਨਾਂ ਲੋਕਾਂ ਦੇ ਜਿਹੜੇ ਉੱਥੋਂ ਦੇ ਲੋਕਲ ਲੋਕ ਨੇ, ਜੇ ਅਸੀਂ ਉਹਨਾਂ ਦੀ ਸਾਈਕੀ ਪੜਾਂਗੇ ਤੇ ਉਹਨਾਂ ਦੇ ਉੱਤੇ ਇਹੀ ਅਸਰ ਹੋਏਗਾ ਕਿ ਇਹ ਸਿਰਫ ਤੇ ਸਿਰਫ ਇੱਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ ਜਿਹੜਾ ਕਿ ਬਹੁਤ ਗੈਰ ਜ਼ਰੂਰੀ ਗੈਰ ਜ਼ਿੰਮੇਵਾਰਾਨਾ ਵੀ ਹੈ। ਜੀ ਬਿਲਕੁਲ ਵੀਰ ਜੀ, ਆਈ ਅਗਰੀ ਵਿਦ ਯੂ ਬਿਕੋਜ਼ ਥਿੰਕ ਇਟਸ ਵੈਰੀ ਸੈਡ ਹਾਊ ਦੇ ਸੇ ਕਿ ਇੰਡੀਆ ਇੱਕ ਡੈਮੋਕ੍ਰੇਟਿਕ ਕੰਟਰੀ ਆ, ਸਾਰੇ ਆਜ਼ਾਦ ਨੇ, ਬਟ ਇਫ ਯੂ ਲੁੱਕ ਐਟ ਇਟ, ਇਹ ਨਾ ਕੋਈ ਫੌਜੀ ਸੀਗੇ, ਇਹ ਸਿਰਫ ਆਰਐਸਐਸ ਦੇ ਵਾਲੰਟੀਅਰ ਸੀਗੇ। ਸੋ ਐਨੀ ਵਾਲੰਟੀਅਰਸ ਆਈ ਵੈਨ ਓਵਰ ਦੇ ਡਜ਼ਨਟ ਮੈਟਰ, ਕੋਈ ਵੀ ਸੀਗਾ ਇਹਨਾਂ ਨੂੰ ਹਥਿਆਰ ਫੜਾ ਦਿੱਤੇ। ਪਰ ਇਸ ਤਰ੍ਹਾਂ ਦੇ ਹਥਿਆਰ ਅਗਰ ਕੋਈ ਸਿੱਖ ਜਾਂ ਮੁਸਲਿਮ ਭਰਾ ਫੜ ਲੈਂਦਾ ਤੇ ਸਾਨੂੰ ਇਹ ਉਸੇ ਕੰਟਰੀ ਦੇ ਵਿੱਚ ਸਾਨੂੰ ਟੈਰਿਸਟ ਕਹਿੰਦੇ ਨੇ, ਸਾਨੂੰ ਸਾਡੇ ਭਰਾਵਾਂ ਨੂੰ 20-20 ਸਾਲ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਕ ਦਿੰਦੇ ਨੇ। ਸੋ ਇਟਸ ਰੀਅਲੀ ਹਾਊਸ ਇਟਸ ਰੀਅਲੀ ਸੈਡ ਹਾਊ ਕਿ ਇਹਨਾਂ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਾ ਦੋਗਲਾ ਕਾਨੂੰਨ ਹੈ, ਸਾਡੇ ਲਈ ਹੋਰ ਹੈ ਤੇ ਉਹਨਾਂ ਦੇ ਲਈ ਹੋਰ ਹੈ। ਸੋ ਇਟ ਟੈਲਸ ਯੂ ਲਾਈਕ ਵਟਸ ਵੀ ਵਰ ਵੀ ਗੋਇੰਗ ਥਰੂ ਇਨ ਇੰਡੀਆ ਐਂਡ ਪੰਜਾਬ। ਸੋ ਦੈਟਸ ਵਾਈ ਵੀ ਆਰ ਟ੍ਰਾਈਂਗ ਟੂ ਬ੍ਰਿੰਗ ਅਵੇਅਰਨੈਸ ਟੂ ਆਵਰ ਪੀਪਲ, ਸਪੈਸ਼ਲੀ ਜਿਹੜੇ ਅਮਰੀਕਾ ਦੇ ਵਿੱਚ ਵੱਸਦੇ ਨੇ, ਕਿ ਸਾਨੂੰ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ, ਕਿਸ ਤਰ੍ਹਾਂ ਸਾਨੂੰ ਦੋਹਰੇ ਕਾਨੂੰਨ ਦੇ ਸਾਹਮਣੇ ਅਸੀਂ ਕਿਸ ਤਰ੍ਹਾਂ ਸਾਡੇ ਭੈਣ ਭਰਾ ਫੇਸ ਕਰ ਰਹੇ ਨੇ। ਐਂਡ ਵੀ ਇੱਕ ਚੀਜ਼ ਮੈਂ ਹੋਰ ਵੀ ਐਡ ਕਰਨੀ ਚਾਹਾਂਗਾ ਕਿ ਸਾਡੇ ਜਿਹੜੇ ਸਿੱਖ ਭਰਾ ਭੈਣ ਨੇ ਉਹ ਅਜੇ ਵੀ ਇਹ ਯਕੀਨ ਰੱਖਦੇ ਨੇ ਕਿ ਭਾਰਤ ਜਾਂ ਇਹ ਆਸਥਾ ਰੱਖਦੇ ਨੇ ਕਿ ਭਾਰਤ ਦੇ ਵਿੱਚ ਉਹ ਆਜ਼ਾਦ ਨੇ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇਹ ਬਾਰ ਬਾਰ ਕਿਹਾ ਕਰਦੇ ਸਨ ਕਿ ਪਵਨ ਕੁਮਾਰ ਜੇਕਰ 33 ਹੈਂਡ ਗ੍ਰਨੇਡ ਜਾਂ ਉਹਨਾਂ ਦੇ ਇੱਕ ਨੰਬਰ ਖਾਸ ਉਹਨਾਂ ਨੇ ਦਿੱਤਾ ਹੁੰਦਾ ਸੀ ਕਿ ਜੇ ਉਹ ਇੰਨੇ ਗ੍ਰਨੇਡ ਰੱਖ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਦਾ ਜੋ ਸਿੱਖ ਹੈ ਉਹ ਹਥਿਆਰ ਕਿਉਂ ਨੀ ਰੱਖ ਸਕਦਾ। ਬਿਲਕੁਲ, ਸਾਨੂੰ ਹੁਣ ਇੱਕ ਅਹਿਸਾਸ ਤੇ ਕਮਤਰੀ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈ, ਜਿਹੜਾ ਸਾਨੂੰ ਇੱਕ ਇਨਫੀਰੀਅਰਟੀ ਕੰਪਲੈਕਸ ਸਾਡੇ ਮਨਾਂ ਦੇ ਵਿੱਚ ਪਿਆ ਹੋਇਆ। ਹਾਂਜੀ, ਸਿੱਖ ਕੌਮ ਜਿਹਦੀ ਜਿਹੜੀ ਸ਼ੁਰੂਆਤ, ਸਿੱਖ ਕੌਮ ਜਿਹਦਾ ਜਿਹੜੀ ਜੰਮੀ ਤਲਵਾਰ ਦੀ ਨੋਕ ਦੇ ਉੱਤੇ ਸੀ, ਤਲਵਾਰ ਦੀ ਖੰਡੇ ਦੀ ਧਾਰ ਦੇ ਵਿੱਚੋਂ ਜਿਹੜੀ ਉਹ ਨਿਕਲੀ ਸੀ, ਔਰ ਅੱਜ ਇਸ ਤਰੀਕੇ ਦੇ ਨਾਲ ਉਹ ਸ਼ੇਰਾਂ ਦੀ ਕੌਮ ਲੇਲੇ ਬਣ ਚੁੱਕੀ ਹੈ ਕਿ ਜਿਹੜੀ ਵੀ ਕੋਈ ਗੱਲ ਉਹ ਕਰਦਾ ਉਹਨੂੰ ਇਸੇ ਤਰ੍ਹਾਂ ਦੇ ਨਾਲ ਜਾਪਦਾ ਕਿ ਸ਼ਾਇਦ ਮੈਂ ਉਹ ਗਲਤ ਕਰ ਰਿਹਾ। ਹਾਂਜੀ, ਸੋ ਅੱਜ ਅਸੀਂ ਲੇਲੇ ਬਣ ਚੁੱਕੇ ਹਾਂ। ਸਵਾਲ ਜਿਵੇਂ ਮੈਂ ਹਰ ਵਾਰ ਆਪਣੀ ਕਨਵਰਸੇਸ਼ਨ ਤੋਂ ਬਾਅਦ, ਮੇਰਾ ਸਵਾਲ ਮੇਰੇ ਸਿੱਖ ਭੈਣਾਂ ਭਰਾਵਾਂ ਨੂੰ ਹੁੰਦਾ ਕਿ ਉਹ ਇਹਦੇ ਬਾਰੇ ਕੀ ਸੋਚਦੇ ਨੇ ਕਿ ਕਦੀ ਉਹ ਉੱਠਣਗੇ। ਸਿਰਫ ਤੇ ਸਿਰਫ ਅਸੀਂ ਇਹ ਚਾਹੁੰਦੇ ਹਾਂ ਕਿ ਓਪੀਨੀਅਨ ਬਿਲਡਅਪ ਹੋਵੇ। ਹਾਂਜੀ, ਇਹਨਾਂ ਜਿਹੜੇ ਬੇਸਿਕ ਸਾਡੇ ਮੁੱਦੇ ਨੇ, ਬੇਸਿਕ ਸਾਡੇ ਇਸ਼ੂਜ਼ ਨੇ, ਉਹਨਾਂ ਦੇ ਉੱਤੇ ਘੱਟੋ ਘੱਟ ਸਾਨੂੰ ਇੱਕ ਸਾਰ, ਇੱਕ ਸੁਰਤਾ ਸਾਡੀ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਕਿ ਨਹੀਂ, ਜੇਕਰ ਉਹ ਕਰ ਸਕਦੇ ਹਾਂ ਤੇ ਜੋ ਅਸੀਂ ਕਰਦੇ ਹਾਂ ਕੋਈ ਗੁਨਾਹ ਨਹੀਂ ਹੈ। ਹਾਂਜੀ, ਔਰ ਇਸ ਅਹਿਸਾਸ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈ, ਇਸ ਕੰਪਲੈਕਸ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈ। ਕੰਪਲੈਕਸ ਨਾਲੋਂ ਵੀ ਮੈਂ ਅੱਗੇ ਜਾਣਾ ਕਿ ਜਿਹੜਾ ਇਨਫੀਰੀਅਰਟੀ ਕੰਪਲੈਕਸ ਸਾਨੂੰ ਹੋਇਆ ਪਿਆ ਉਹਦੇ ਵਿੱਚੋਂ ਸਾਨੂੰ ਨਿਕਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੀ ਜੀ, ਤੇ ਵੀਰ ਜੀ, ਵਨ ਲਾਸਟ ਕੁਐਸਚਨ, ਜਿਸਦਾ ਪੰਜਾਬ ਵਿੱਚ ਆਰਐਸਐਸ ਦਾ ਜ਼ੋਰ ਵੱਧਦਾ ਜਾ ਰਿਹਾ, ਲਾਈਕ ਹਾਊ ਵੀ ਟਾਕਡ ਅਬਾਊਟ ਇਟ, ਐਂਡ ਦਿੱਲੀ ਤੇ ਮੋਦੀ ਸਰਕਾਰ ਪੰਜਾਬ ਸਰਕਾਰ ਨੂੰ ਬਾਰ ਬਾਰ ਜ਼ਲੀਲ ਕਰ ਰਹੀ ਹੈ, ਪਰ ਬਾਦਲ ਪਿਓ ਪੁੱਤਰ ਪੂਰੀ ਤਰ੍ਹਾਂ ਨਮੋ ਨਮੋ ਕਰਦੇ ਆ, ਮੋਦੀ ਦੇ ਪੈਰਾਂ ਨੂੰ ਚਿੰਬੜੇ ਹੋਏ ਹਨ, ਇਸ ਬਾਰੇ ਤੁਸੀਂ ਫਿਊ ਮਿੰਟਸ ਵਿੱਚ ਕੀ ਕਹਿਣਾ ਚਾਹੋਗੇ? ਦੇਖੋ ਜੀ, ਹੁਣ ਜਿਹੜਾ ਬਾਦਲਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਜੀ। ਬਾਦਲਾਂ ਨੇ ਜਿੰਨੀ ਕੁ ਵਾਰ ਵੀ ਆਏ ਨੇ ਉਹ ਸਿਰਫ ਤੇ ਸਿਰਫ ਚਾਪਲੂਸੀਆਂ ਦੇ ਬੇਸ ਦੇ ਉੱਤੇ ਜਿੰਨੀਆਂ ਉਹਨਾਂ ਨੇ ਗਲਤੀਆਂ ਕਰ ਚੁੱਕੇ ਨੇ। ਹਾਂਜੀ, ਉਹਨਾਂ ਨੂੰ, ਕਿਉਂਕਿ ਸਭ ਤੋਂ ਪਹਿਲਾਂ ਜੋ ਸਟੇਟ ਉਹਦੇ ਲਈ ਪੰਜਾਬ ਦੇ ਵਿੱਚ ਜੇ ਕੋਈ ਪੰਜਾਬੀਆਂ ਨੂੰ, ਸਿੱਖਾਂ ਨੂੰ ਕੰਟੇਨ ਕਰ ਸਕਦਾ ਤੇ ਉਹ ਸਿਰਫ ਉਹਨਾਂ ਦੇ ਲਈ ਇਹ ਆ ਕਿ ਉਹ ਬਾਦਲ ਹੈ। ਜਿਸ ਤਰੀਕੇ ਦੇ ਨਾਲ ਪ੍ਰੀ ਇੰਡੀਪੈਂਡੈਂਸ ਅਸੀਂ ਇਹ ਦੇਖਦੇ ਹਾਂ, ਬਹੁਤ ਸਾਰੇ ਸਾਡੇ ਜਿਹੜੇ ਜਿਹੜੇ ਸਿੱਖ ਵੀਰ ਭੈਣਾਂ ਨੇ ਉਹਨਾਂ ਦਾ ਇਹ ਸਵਾਲ ਵੀ ਹੁੰਦਾ
ਜੀ ਕਿ ਪੰਜਾਬ ਦੇ ਵਿੱਚ ਤੁਹਾਡਾ ਆਪਣਾ ਰਾਜ ਹੈ, ਭਾਰਤ ਦੇ ਵਿੱਚ ਤੁਹਾਡਾ ਆਪਣਾ ਪ੍ਰਧਾਨ ਮੰਤਰੀ ਹੈ, ਤੁਸੀਂ ਸਿੱਖ ਵੋਟਾਂ ਪਾ ਸਕਦੇ ਹੋ, ਫੌਜ ਦਾ ਮੁਖੀ ਮੁੱਖ ਮੰਤਰੀ, ਫੌਜ ਦਾ ਜਿਹੜਾ ਮੁਖੀ ਉਹ ਇੱਕ ਸਿੱਖ ਸਿੱਖ ਆ, ਜੇਕਰ ਸੀਬੀਆਈ ਦਾ ਡਾਇਰੈਕਟਰ ਆ ਉਹ ਇੱਕ ਸਿੱਖ ਆ, ਜੇਕਰ ਪ੍ਰੈਜ਼ੀਡੈਂਟ ਕੋਈ ਰਹਿ ਚੁੱਕਾ ਤੇ ਉਹ ਵੀ ਤੁਹਾਡੇ ਉੱਤੇ ਸਿੱਖ ਰਹਿ ਚੁੱਕਾ, ਫਿਰ ਤੁਸੀਂ ਗੁਲਾਮ ਕਿਵੇਂ ਹੋ? ਹਾਂਜੀ, ਇਹ ਸਵਾਲ ਬਹੁਤ ਵਾਰ ਆਉਂਦਾ, ਮੇਰਾ ਉਹਨਾਂ ਨੂੰ ਸਿਰਫ ਮੋੜਵਾਂ ਜਵਾਬ ਇੱਕ ਸਵਾਲ ਦੇ ਰੂਪ ਦੇ ਵਿੱਚ ਹੀ ਆਉਂਦਾ ਕਿ 1861 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਕੀਤੀ ਗਈ ਸੀ ਭਾਰਤ ਦੀ, ਪੂਰੇ ਭਾਰਤ ਦੀ, ਉਦੋਂ ਯੂਨਾਈਟਿਡ ਇੰਡੀਆ ਸੀ, ਉਹਦੇ ਵਿੱਚ ਪਾਕਿਸਤਾਨ, ਬੰਗਲਾਦੇਸ਼ ਸਾਰੇ ਜਿਹੜੇ ਇਹ ਸਟੇਟ ਸਨ ਉਹ ਭਾਰਤ ਦੇ ਵਿੱਚ ਆਉਂਦੇ ਸਨ, ਜਿਹੜੇ ਕਿ ਬ੍ਰਿਟਿਸ਼ ਰਾਜ ਦਾ ਇੱਕ ਹਿੱਸਾ ਸਨ। ਕਿ ਉਸ 1861 ਦੀ ਜਿਹੜੀ ਸੈਂਸਸ ਹੁੰਦੀ ਹੈ, ਮਰਦਮਸ਼ੁਮਾਰੀ ਕੀਤੀ ਜਾਂਦੀ ਹੈ, ਉਹਦੇ ਵਿੱਚ ਇੱਕ ਨੰਬਰ ਸਾਹਮਣੇ ਆਉਂਦਾ 179 million, ਜਿਹੜੀ ਕਿ ਲਗਭਗ 18 crore ਦੇ ਜੋ ਭਾਰਤੀ ਸਨ ਉਹਨਾਂ ਦੇ ਵਿੱਚ ਰਾਜ ਕਰਨ ਵਾਲੇ ਜਾਂ ਜਿਹੜੇ ਗੋਰੇ ਪ੍ਰੈਜੈਂਟ ਸਨ, ਫਿਜ਼ੀਕਲੀ ਪ੍ਰੈਜੈਂਟ ਸਨ, ਉਹ ਸਿਰਫ ਤੇ ਸਿਰਫ 3000 ਸਨ। ਔਰ ਇਹ ਗਿਣਤੀ, ਔਰ ਇਹ ਗੱਲ 1861 ਦੀ ਆ, ਇਹ ਗਿਣਤੀ ਜਦੋਂ ਕਿ ਪੂਰੀ ਹੋਸਟੈਲਿਟੀ ਸੀ ਭਾਰਤ ਦੇ ਲੋਕਾਂ ਦੀ ਗੋਰਿਆਂ ਦੇ ਨਾਲ, ਉਦੋਂ ਵੀ ਕਹਿੰਦੇ ਨੇ ਕਿ 30,000-40,000 ਤੋਂ ਕਦੀ ਵੀ ਵਧੀ ਨੀ। ਵੱਖਰੇ ਵੱਖਰੇ ਪ੍ਰੋਵਿੰਸ ਦੇ ਪ੍ਰਧਾਨ ਮੰਤਰੀ ਵੀ ਭਾਰਤੀ ਹੋਣਗੇ, ਉੱਥੋਂ ਦੇ ਦਰੋਗੇ ਉਹ ਵੀ ਭਾਰਤੀ ਹੋਣਗੇ, ਉੱਥੋਂ ਦੇ ਜਿਹੜੇ ਜੱਜ ਨੇ, ਵਕੀਲ ਨੇ, ਉਹ ਵੀ ਭਾਰਤੀ ਹੋਣਗੇ, ਉੱਥੋਂ ਦੀ ਜਿਹੜੀ ਪੁਲਿਸ ਆ ਉਹ ਵੀ ਭਾਰਤੀ ਹੋਏਗੀ, ਉੱਥੇ ਜਿਹੜਾ ਡੰਡਾ ਭਰਾਉਣ ਵਾਲੇ ਨੇ ਉਹ ਵੀ ਭਾਰਤੀ ਹੋਣਗੇ, ਤੇ ਫਿਰ ਅਸੀਂ ਅੱਜ ਦੇ ਮਾਹੌਲ ਦੇ ਵਿੱਚ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਜੇਕਰ KPS ਗਿੱਲ ਭਾਵੇਂ ਨਾਮ ਤੋਂ ਇੱਕ ਸਿੱਖ ਲੱਗ ਰਿਹਾ, ਭਾਵੇਂ ਕਿ ਜੈਲ ਸਿੰਘ ਨਾਮ ਤੋਂ ਸਿੱਖ ਲੱਗ ਰਿਹਾ, ਭਾਵੇਂ ਪ੍ਰਕਾਸ਼ ਤੇ ਬਾਦਲ ਨਾਮ ਤੋਂ ਇੱਕ ਸਿੱਖ ਲੱਗ ਰਿਹਾ, ਫਿਰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਉਹ ਸਿੱਖ ਨੇ? ਜੇਕਰ ਅਸੀਂ ਉਹਨਾਂ ਨੂੰ ਅੱਜ ਸਿੱਖ ਕਹਿਣਾ ਚਾਹੁੰਦੇ ਹਾਂ, ਤੇ ਫਿਰ ਅਸੀਂ ਸਾਨੂੰ ਇਹ ਵੀ ਮੰਨਣਾ ਪਏਗਾ ਕਿ ਭਾਰਤ ਕਦੀ ਵੀ ਗੁਲਾਮ ਨਹੀਂ ਰਿਹਾ, ਕਿਉਂਕਿ ਉਹਨਾਂ ਦੇ ਉੱਤੇ ਰਾਜ ਸਾਡੇ ਆਪਣੇ ਲੋਕਾਂ ਨੇ ਕੀਤਾ। ਜੇਕਰ ਅਸੀਂ ਹੋਰ ਵੀ ਐਗਜ਼ਾਮਪਲ ਲੈਣੀ ਚਾਹੁੰਦੇ ਹਾਂ ਜੀ, ਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਜੋ ਬ੍ਰਦਰ ਸੀ, ਭਰਾ ਜਿਹੜਾ ਵੱਡਾ ਭਰਾ, ਉਹ ਬਿਹਾਰੀ ਲਾਲ ਢੀਂਗਰਾ, ਉਹ ਜੀਂਦ ਦਾ ਪ੍ਰਾਈਮ ਮਿਨਿਸਟਰ ਸੀ, ਔਰ ਉਹਦੇ ਉਹ ਇਸ ਗੱਲ ਦੇ ਲਈ ਮਸ਼ਹੂਰ ਸੀ ਕਿ ਉਹਨੇ ਭਾਰਤੀਆਂ ਦਾ ਕਾਫੀ ਕੁਟਾਪਾ ਚਾੜਿਆ ਉਹਨਾਂ ਸਮਿਆਂ ਦੇ ਵਿੱਚ, ਜਿਹੜੇ ਭਾਰਤੀ ਮਾੜਾ ਜਿਹਾ ਵੀ ਜਿਹਨਾਂ ਦੀ ਸੁਰ ਬ੍ਰਿਟਿਸ਼ ਰਾਜ ਨੂੰ ਇੱਕ ਉਹਦੀ ਤਖਤਾ ਪਲਟਣ ਦੀ ਹੁੰਦੀ ਸੀ, ਤੇ ਉਹ ਇਹ ਕਿਹਾ ਜਾਂਦਾ ਕਿ ਬਿਹਾਰੀ ਲਾਲ ਢੀਂਗਰਾ ਇਸ ਗੱਲ ਨੂੰ ਮਸ਼ਹੂਰ ਸੀ ਕਿ ਉਹ ਉਹਨਾਂ ਆਵਾਜ਼ਾਂ ਨੂੰ ਕੁਚਲਦਾ ਸੀ, ਜਿਸ ਤਰੀਕੇ ਦੇ ਨਾਲ ਬਾਦਲ ਅੱਜ ਕੁਚਲ ਰਿਹਾ। ਸੋ ਇੱਕ ਸਟੇਟ ਦੀ ਇਹ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਉਹਨਾਂ ਦੀ ਪਿੱਠ ਦੇ ਉੱਤੇ ਖੜੇ, ਪਰ ਅੱਜ ਬਾਦਲ, ਕਿਉਂਕਿ ਬਾਦਲ ਨੂੰ ਵੀ ਸਟੇਟ ਨੂੰ ਵੀ ਇਹ ਲੱਗ ਰਿਹਾ ਕਿ ਬਾਦਲ ਜਿਹੜੇ ਇਹ ਚੱਲੇ ਹੋਏ ਕਾਰਤੂਸ ਬਣ ਚੁੱਕੇ ਨੇ, ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖ ਹੀ ਲਿਆ ਇਸ ਚੀਜ਼ ਨੂੰ ਸ਼ਰੇਆਮ, ਜਦੋਂ ਉਹਨਾਂ ਨੇ ਇਹ ਕਿਹਾ ਕਿ ਹਾਂ ਭਾਈ ਸਾਨੂੰ ਤੁਸੀਂ, ਪਹਿਲਾਂ ਤਾਂ ਜਿੰਨੀਆਂ ਰੈਲੀਆਂ ਹੋਈਆਂ ਮੋਦੀ ਦੇ ਹੱਕ ਦੇ ਵਿੱਚ, ਉਹਨਾਂ ਦੇ ਵਿੱਚ ਇਹ ਪ੍ਰਕਾਸ਼ ਸਿੰਘ ਬਾਦਲ ਤੇ ਦੂਸਰਾ ਜਿਹੜਾ ਸੁਖਬੀਰ ਬਾਦਲ, ਜਿਹੜਾ ਕਿ ਇੱਕ ਮੈਨੂੰ ਨੀ ਲੱਗਦਾ ਕਿ ਕਿਸੇ ਵੀ ਮਸ਼ਕਰੇ ਤੋਂ, ਇੱਕ ਭੰਡ ਤੋਂ ਜ਼ਿਆਦਾ ਹੋਰ ਉਹ ਕੁਝ ਵੀ ਨਹੀਂ ਜੀ। ਤੇ ਜੇਕਰ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਨਾ ਜੁੜੇ, ਤੇ ਮੈਨੂੰ ਨੀ ਲੱਗਦਾ ਕਿ ਜੋ ਉਹਦੀ ਸੋਚ ਹੈ, ਜੋ ਉਹਦੀ ਲਿਆਕਤ ਹੈ, ਉਹ ਕਿਸੇ ਕਲਰਕ ਦੇ ਵਿੱਚ, ਕਲਰਕ ਦੀ ਪੋਸਟ ਵੀ ਜਿਹੜੀ ਹੈਗੀ ਆ ਉਹਨੂੰ ਪੰਜਾਬ ਦੇ ਵਿੱਚ ਕਿਸੇ ਨੇ ਦੇਣੀ ਆ, ਇਹ ਮੇਰਾ ਆਪਣਾ ਜਾਤੀ ਮੰਨਣਾ ਹੈਗਾ। ਸੋ ਉਹ ਬੰਦਾ ਜਦੋਂ ਇਹ ਕਹਿੰਦਾ ਪਿਆ ਕਿ ਜਦੋਂ BJP ਮੋਦੀ ਸਰਕਾਰ ਕੇਂਦਰ ਦੇ ਵਿੱਚ ਹੋਏਗੀ, ਕਿਉਂਕਿ ਕੇਂਦਰ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ, ਉਹਨਾਂ ਇਹ ਕਹਿਣਾ ਕਿ ਜਦੋਂ ਮੋਦੀ ਸਰਕਾਰ ਕੇਂਦਰ ਦੇ ਵਿੱਚ ਹੋਏਗੀ ਤੇ ਸਾਡੇ ਵੱਲ ਟਰੱਕਾਂ ਦੇ ਟਰੱਕ ਭਰ ਕੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆਉਣਗੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹ ਟਰੱਕਾਂ ਦੇ ਟਰੱਕ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਹਰਿਆਣੇ ਨੇ ਰੋਕ ਲਏ, ਜਾਂ ਉਹ ਬਠਿੰਡੇ ਦੇ ਵਿੱਚ ਜਿਹੜਾ ਹੜ੍ਹ ਆਇਆ ਉਹਦੇ ਵਿੱਚ ਜਿਹੜੇ ਨੇ ਉਹ ਵਹਿ ਤੁਰੇ। ਸੋ ਇਹ ਜਿਹੜੇ ਝੂਠ ਦਾ ਪਲੰਦਾ ਜੋ ਬਾਦਲ ਨੇ ਪਿਛਲੇ 10 ਸਾਲਾਂ ਤੋਂ ਜਾਂ ਜਦੋਂ ਵੀ 1971 ਤੋਂ ਆਇਆ, ਉਹ ਝੂਠ ਦੇ ਪਲੰਦੇ ਲੈ ਕੇ ਸਿੱਖਾਂ ਦੇ ਵਿੱਚ ਆਇਆ, ਝੂਠ ਦੇ ਪਲੰਦਿਆਂ ਦੇ ਬੇਸ ਦੇ ਉੱਤੇ ਸਿਰਫ ਸਬਜ਼ ਬਾਗ ਦਿਖਾ ਕੇ ਜਿਹੜਾ ਹੈਗਾ ਉਹਨੇ ਲੋਕਾਂ ਨੂੰ ਭਰਮਾਇਆ, ਕਦੀ ਉਹ ਪੰਥ ਦੇ ਨਾਂ ਦੇ ਉੱਤੇ ਲੋਕਾਂ ਨੂੰ ਭਰਮਾਇਆ, ਉਸ ਸ਼ਕ ਨੇ ਕਦੀ ਵਿਕਾਸ ਦੇ ਨਾਂ ਦੇ ਉੱਤੇ ਲੋਕਾਂ ਨੂੰ ਭਰਮਾਇਆ, ਕਦੀ ਪੰਥ ਨੂੰ ਖਤਰੇ ਦੇ ਨਾਂ ਦੇ ਉੱਤੇ ਉਹਨਾਂ ਨੇ ਲੋਕਾਂ ਨੂੰ ਭਰਮਾਇਆ ਔਰ ਰਾਜ ਕੀਤਾ। ਪਰ ਅੱਜ, ਕਿਉਂਕਿ ਉਸ ਰਾਜ ਦੇ ਵਿੱਚ ਕਈ ਵਾਰ ਰੀਤ ਜੀ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਤੁਸੀਂ ਕਿੰਨਾ ਕਿਸੇ ਨੂੰ ਖਾ ਸਕਦੇ ਹੋ। ਹਾਂਜੀ, ਅੱਜ ਪੰਜਾਬ ਅੰਦਰੋਂ ਖੋਖਲਾ ਹੋ ਚੁੱਕਾ ਹੈ, ਬਿਲਕੁਲ
ਬਿਲਕੁਲ ਆਰਥਿਕ ਤੌਰ ਦੇ ਉੱਤੇ ਜੀ, ਸਮਾਜਿਕ ਤੌਰ ਦੇ ਉੱਤੇ, ਸੱਭਿਆਚਾਰਕ ਤੌਰ ਦੇ ਉੱਤੇ, ਹਾਂਜੀ, ਔਰ ਆਰਥਿਕ ਤੌਰ ਦੇ ਉੱਤੇ ਵੀ, ਈਵਨ ਜਿਹੜੇ ਸਾਡੇ ਨੈਚੁਰਲ ਰਿਸੋਰਸ ਦੇ ਵਿੱਚ ਜਿਹੜਾ ਪਾਣੀ ਆ ਉਸ ਤੌਰ ਦੇ ਉੱਤੇ ਵੀ ਪੰਜਾਬ ਜਿਹੜਾ ਹੈਗਾ ਅੱਜ ਖੋਖਲਾ ਹੋ ਚੁੱਕਾ ਹੈ। ਔਰ ਪੰਜਾਬ ਦੇ ਵਿੱਚ ਜਿਹੜੇ ਲੋਕ ਵੀ ਨੇ, ਜੇ ਅਸੀਂ ਇਹ ਕਹੀਏ ਕਿ ਜ਼ਹਿਨੀ ਤੌਰ ਦੇ ਉੱਤੇ ਉਹ ਮਰ ਚੁੱਕੇ ਨੇ, ਤੇ ਇਹਦੇ ਵਿੱਚ ਵੀ ਕੋਈ ਜਿਹੜੀ ਹੈਗੀ ਆ ਦੋ ਰਾਵਾਂ ਨਹੀਂ ਹੋਣਗੀਆਂ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਉਸ ਚੀਜ਼ ਦੀ ਗੁਲਾਮੀ ਕਬੂਲ ਕੀਤੀ ਹੋਈ ਆ, ਤੇ ਇਹੀ ਲੱਗਦਾ ਕਿ ਉਹ ਜਿਹੜਾ ਇੱਕ ਇੱਕ ਸੱਭਿਆਚਾਰ ਉਹ ਮਰ ਚੁੱਕਾ। ਔਰ ਮਰੀ ਹੋਈ ਚੀਜ਼ ਦੇ ਉੱਤੇ ਕਦੀ ਵੀ ਤੁਸੀਂ ਰਾਜ ਨਹੀਂ ਕਰ ਸਕਦੇ, ਇਹ ਬਾਦਲ ਨੂੰ ਵੀ ਪਤਾ, ਔਰ ਇਹ ਸੈਂਟਰ ਦੇ ਵਿੱਚ ਵੀ ਜਿਹੜੇ ਜਿਹੜੇ ਉਹਨਾਂ ਦੇ ਆਕੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ। ਪਰ ਅੱਜ ਜਿਹੜੇ ਉਹ ਆਕੇ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਬਾਦਲ ਆਬਸੋਲੀਟ ਹੋ ਚੁੱਕਾ ਉਸ ਪੂਰੇ ਦੇ ਪੂਰੇ ਜਿਹੜੀ ਪਿਕਚਰ ਦੇ ਵਿੱਚੋਂ, ਤੇ ਅੱਜ ਉਹ ਇਸੇ ਇਹੀ ਕਾਰਨ ਹੈ ਕਿ ਉਹਦੀ ਬਾਂਹ ਨਹੀਂ ਫੜ ਰਹੇ, ਔਰ ਅੱਜ ਇਹੀ ਕਾਰਨ ਹੈ ਕਿ ਬਾਦਲ ਜਿਹੜਾ ਹੈਗਾ ਉਹ ਤਰਲੋ ਮੱਛੀ ਹੋ ਰਿਹਾ, ਕਿਸੇ ਨਾ ਕਿਸੇ ਆਪਣੀ ਆਪਣੀ ਜਿਹੜੀ ਕੰਢ, ਆਪਣੀ ਜਿਹੜੀ ਆ ਪਿੱਠ ਆ ਉਸ ਉਹਨੂੰ ਬਚਾਉਣ ਦੇ ਲਈ। ਪਰ ਇੱਕ ਨਸੀਹਤ ਸਾਡੇ ਅੱਗੇ, ਸਾਡੇ ਸਿੱਖਾਂ ਦੇ ਅੱਗੇ ਇਹ ਜ਼ਰੂਰ ਆਏਗੀ ਕਿ ਜਿਹੜੀ ਸਟੇਟ ਹੈ ਜਦੋਂ ਉਹਨੇ ਆਪਣੇ ਲੋਕਾਂ ਦੇ ਉੱਤੇ ਕੋਈ ਵੀ ਜ਼ੁਲਮ ਕਰਵਾਉਣਾ ਹੁੰਦਾ ਤੇ ਉਹ ਸਾਡੇ ਬੰਦੇ ਯੂਜ਼ ਕਰਦੀ ਆ, ਨਹੀਂ ਤਾਂ ਉਹ ਸਿਰਫ ਤੇ ਸਿਰਫ ਜਿਸ ਤਰੀਕੇ ਦੇ ਨਾਲ ਅਸੀਂ ਨਜ਼ਲਾ ਪੂੰਝ ਕੇ ਸੁੱਟ ਦਿੰਦੇ ਆ ਕਾਗਜ਼ ਦੇ ਨਾਲ, ਕੋਈ ਵੀ ਵਿਅਕਤੀ ਉਹਨਾਂ ਦੇ ਲਈ ਇੰਨਾ ਇੰਪੋਰਟੈਂਟ ਨਹੀਂ ਹੁੰਦਾ, ਚਾਹੇ ਉਹ ਬਾਦਲ ਹੋਵੇ, ਚਾਹੇ ਉਹ ਅਜੀਤ ਸਿੰਘ ਸੰਧੂ ਵਰਗੇ ਜਿਹੜੇ ਨੇ ਉਹ ਲੋਕ ਹੋਣ, ਕੋਈ ਵੀ ਉਹਨਾਂ ਦੇ ਲਈ ਇੰਪੋਰਟੈਂਟ ਨਹੀਂ ਨੇ। ਅੱਜ ਬਾਦਲ ਨੂੰ ਵੀ ਇਸ ਗੱਲ ਦਾ ਅਹਿਸਾਸ ਜਿਹੜਾ ਹੈਗਾ ਉਹ ਸ਼ਾਇਦ ਹੋ ਗਿਆ ਹੋਵੇ ਕਿ ਸੈਂਟਰ ਦੇ ਵਿੱਚ ਕੋਈ ਵੀ ਇਹੋ ਜਿਹਾ ਕਾਨੂੰਨ, ਕੋਈ ਵੀ ਜਿਹੜੀ ਇਹੋ ਜਿਹੀ ਪਾਲਿਸੀ ਨਹੀਂ ਬਣੇਗੀ ਜਿਹੜੀ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਕਰਦੀ ਹੋਵੇ, ਜਿਹੜੀ ਕਿ ਪੰਜਾਬ ਨੂੰ ਇੱਕ ਸਰਵਾਈਵਲ ਵਾਲੇ ਜਿਹੜੇ ਮੋਡ ਦੇ ਵਿੱਚ ਉਹ ਲਿਆ ਸਕਦੀ ਹੋਵੇ। ਸੋ ਮੈਂ ਇਹੀ ਮੈਨੂੰ ਇਹੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਪੰਜਾਬ ਦੇ ਉੱਤੇ ਜਿਹੜੀ ਕੇਂਦਰ ਦੀ ਨਜ਼ਰ ਇਸੇ ਤਰ੍ਹਾਂ ਦੇ ਨਾਲ ਸਵੱਲੀ ਰਹੇਗੀ। ਬਾਦਲ ਅੱਜ ਸਮਝਣੇ ਜਾਂ ਬਾਦਲ ਤੋਂ ਬਾਅਦ ਵੀ ਜਿਹੜੇ ਲੋਕਾਂ ਨੇ ਆਉਣਾ ਉਹ ਵੀ ਅੱਜ ਸਮਝ ਲੈਣ, ਕੱਲ ਸਮਝ ਲੈਣ, ਜਾਂ ਜਿੰਨੀ ਦੇਰ ਬਾਅਦ ਮਰਜ਼ੀ ਸਮਝ ਲੈਣ, ਅਲਟੀਮੇਟਲੀ ਦੇ ਵਿਲ ਹੈਵ ਟੂ ਫੇਸ ਦ ਮਿਊਜ਼ਿਕ। ਬਿਲਕੁਲ ਵੀਰ ਜੀ, ਜੋ ਵੀ ਇਸ ਚੀਜ਼ ਦਾ ਸਾਰ ਹੋਇਆ ਜਾਂ ਇਸ ਚੀਜ਼ ਦਾ ਜਿਹੜਾ ਆਊਟਕਮ ਹੋਇਆ ਉਹ ਇਹਨਾਂ ਲੋਕਾਂ ਨੂੰ ਫੇਸ ਕਰਨਾ ਹੀ ਪਏਗਾ, ਕਿਉਂਕਿ ਅਲਟੀਮੇਟਲੀ ਜਿਹੜੀ ਜਿੱਤ ਆ ਉਹ ਸੱਚਾਈ ਦੀ ਹੋਣੀ ਹੁੰਦੀ ਆ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਕਿ ਪਹਿਲਾਂ ਤਾਂ ਤੁਸੀਂ ਨਾਗਪੁਰ ਵਾਲੀ ਘਟਨਾ ਦਾ ਪੂਰਾ ਵੇਰਵਾ ਦਿੱਤਾ, ਐਂਡ ਦੈਨ ਯੂ ਐਕਸਪਲੇਨ ਦਸ ਕਿ ਏਜੰਸੀਆਂ ਦਾ ਕੀ ਪਿੱਛੇ ਰਾਜ਼ ਹੁੰਦੇ, ਕੀ ਪਲਾਨਸ ਹੁੰਦੇ ਆ, ਐਂਡ ਏਜੰਡੇ ਕੀ ਹੁੰਦੇ, ਐਂਡ ਸੈਕਿੰਡ ਥਿੰਗ ਜਿਸ ਪੰਜਾਬ ਦੁਆਰਾ ਤੁਸੀਂ ਇੰਨੀਆਂ ਆਈ ਓਪਨਿੰਗ ਐਗਜ਼ਾਮਪਲਸ ਦਿੱਤੀਆਂ, ਹੋਪਫੁਲੀ ਸਾਡੇ ਸਿੱਖ ਭੈਣ ਭਰਾ ਨੇ ਬਾਹਰ ਦੇ ਦੇਸ਼ਾਂ ਵਿੱਚ ਵੱਸਦੇ ਨੇ ਜਿਹੜੇ ਸੋਚਦੇ ਨੇ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਵੀਰ ਭੈਣ ਨੇ ਜਿਹੜੇ ਆਜ਼ਾਦ ਨੇ, ਸੋ ਲਾਈਕ ਇਟਸ ਆਈ ਓਪਨਿੰਗ ਫੋਰ ਦੈਮ, ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ, ਪੂਰੇ ਸਾਡੇ ਕੁਐਸਚਨ ਦੇ ਉੱਪਰ ਆਪਣਾ ਵੇਰਵਾ ਦਿੱਤਾ। ਟਾਈਮ ਹੋ ਗਿਆ ਵੀਰ ਜੀ ਤੁਹਾਡੇ ਕੋਲ ਆਜ਼ਾਦ ਲੈਣ ਦਾ, ਇਸ ਦੇ ਨਾਲ ਹੁਣ ਆਜ਼ਾਦ ਵੀ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਆਜ਼ਾਦ ਲੈਣ ਦਾ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।